ਜਿਹੜਾ ਗੁਰੂ ਨਾਨਕ ਸਾਹਿਬ ਆਪ ਭਾਵਰ ਸਾਗਰ ਤੋਂ ਪਾਰ ਕਰਨਗੇ। ਮਹਾਰਾਜ ਜੀ ਮਿਹਰ ਕਰਨ, ਇਹ ਇੱਥੇ ਆਪਾਂ ਸਾਰੇ ਮਾਨ ਯੋਗ ਸ਼ੇਵ ਕੁਮਾਰ ਜੀ ਦੇ ਵਿਛੋੜੇ 'ਚ ਇਕੱਠੇ ਹੋਏ ਹਾਂ। ਬਹੁਤ ਪਤਵੰਤੇ ਸੱਜਣ ਆਏ ਨੇ। ਆਓ ਹੁਣ ਸਮੇਂ ਦੀ ਸਮਾਪਤੀ ਏ, ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ। ਕੋਈ ਰਸਨਾ ਖਾਲੀ ਨਾ ਰਵੇ ਜੀ, ਕਰੋ ਕਿਰਪਾ ਜੀ। ਆ ਜਿਹੜੇ ਦੋਨੋਂ ਬਚਨ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਦਿੱਤੇ, ਆਪਾਂ ਇਹ ਦੋਨੋਂ ਬਚਨਾਂ ਦੀ ਕਮਾਈ ਕਰੀਏ, ਕਰੋ ਕਿਰਪਾ ਜੀ। ਮਨ ਨਾਮ ਕੀਰਤਨ ਭੇਟ ਹਾਜ਼ਰ ਕੀਤੀ ਹੈ, ਇਹ ਗੁਰੂ ਦੀ ਮਿਹਰ ਹੈ, ਗੁਰੂ ਰਾਮਦਾਸ ਜੀ ਦੀ ਕਿਰਪਾ, ਸਾਡੇ ਮਾਨਯੋਗ ਪਰਿਸ਼ਰ ਭਾਈ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਉਦਮ ਨਾਲ ਮਾਤਾ ਕੋਲਾ ਜੀ ਵਾਲੇ ਜੋ ਤਰਨ ਤਾਰਨ ਰੋਡ 'ਤੇ ਬੀਬੀ ਕੋਲਾ ਜੀ ਭਲਾਈ ਕੇਂਦਰ ਚੱਲ ਰਿਹਾ, ਹੋਸਪਿਟਲ ਚੱਲ ਰਹੇ ਨੇ, ਸਕੂਲ ਚੱਲ ਰਹੇ ਨੇ, ਸਰਾਵਾਂ ਚੱਲ ਰਹੀਆਂ, ਭਲਾਈ ਕੇਂਦਰ ਬੀਬੀ ਤਕਰੀਬਨ 2400 ਵਿਧਵਾ ਬੀਬੀਆਂ ਦੇ ਪਰਿਵਾਰਾਂ ਨੂੰ ਇਹ ਮਾਇਆ ਤੁਹਾਡੀ ਰਾਸ਼ਨ ਬਣ ਕੇ ਉਹਨਾਂ ਦੇ ਘਰ ਸਤਿਗੁਰੂ ਦੀ ਸੇਵਾ ਲੈਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਬੋਲੇ
ਜਾਗਾ ਖਾਲਸਾ ਜੀ ਸਾਹਿਬ ਤਤ ਅਰਚਿਆ ਆਇਤ ਦੇਤੇ ਫਤਿਹ ਬਿਨਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਸੁਆਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਚਕਾਰੋ ਸਿੱਧੀਦਾਰ ਕੇਸਦਾਰ ਰੱਖਦਾਰ ਵਿਵੇਕਦਾਰ ਵਸਾਉਦਾਰ ਭਰੋਸਾਦਾਰ ਦਾਨਾ ਸੁਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਹੁੰਗੇ ਯੁਗ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ
ਮਨ ਰਾਮ ਸਿਮਰ ਪਛਤਾਏਗਾ। ਮਨ ਰਾਮ ਸਿਮਰ ਪਛਤਾਏਗਾ। ਪੀ ਜੀ ਆ
ਹਰ ਕੋ ਨਾਮ ਇਨ ਮਾਇਆ
ਜਿੰਨੇ ਮਾਈ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਨੇ, ਕਥਾ ਕੀਰਤਨ ਚੱਲ ਰਿਹਾ ਹੈ, ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਲਿਆ ਹੈ, ਕਿਉਂਕਿ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਸੀ ਸਿੱਖਾਂ ਨੇ, ਮਹਾਰਾਜ ਜੀ ਸਾਡਾ ਅੱਗਾ ਕਿਵੇਂ ਸੋਹਣੇਗਾ, ਧਿਆਨ ਦੇਣਾ। ਗੋਬਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਬੈਠੇ ਸਨ, ਗੁਰੂ ਦਾ ਬਿਰਧ ਦੇ ਸਾਰਿਆਂ ਦੀ ਝੋਲੀ ਭਰਨੀ। ਸਿੱਖਾਂ ਨੇ ਜਦੋਂ ਪੁੱਛਿਆ ਮਹਾਰਾਜ ਜੀ ਅੱਗੇ ਦਾ ਡਰ ਲੱਗਦਾ ਹੈ, ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ, ਕਹਿੰਦੇ ਸੁਨੇਹੇ ਤੇ ਬੈਠੇ ਆ ਪਰ ਪਹਿਲੇ ਤੁਸੀਂ ਆਏ ਹੋ, ਜਿਨ੍ਹਾਂ ਨੂੰ ਅਗਾਂਹ ਦੀ ਚਿੰਤਾ ਆਖੋ ਆਏ, ਸਾਰੇ ਆਖੋ ਜੀ, ਨਹੀਂ ਤੇ ਆਪਾਂ ਜਿੰਨੇ ਬੈਠੇ ਆ ਆਪਣੇ ਅੰਦਰ ਝਾਤੀ ਮਾਰੀਏ, ਤੁਸੀਂ ਸੜਕ ਤੇ ਖਲੋ ਜੋ, ਹਜ਼ਾਰਾਂ ਗੱਡੀਆਂ ਸੱਜੇ ਭੱਜ ਰਹੀਆਂ, ਹਜ਼ਾਰਾਂ ਕੰਬੇ ਭੱਜ ਰਹੀਆਂ, ਪਰ ਕਿਸੇ ਨੂੰ ਨਹੀਂ ਪਤਾ ਅਗਲੀ ਘੜੀ ਕੀ ਹੋ ਜਾਣਾ। ਆਖੋ ਸਾਰੇ ਆਖੋ ਜੀ, ਫਿਰ ਆਖੋ ਜੀ, ਇੰਨੇ ਔਰ ਇਹੋ ਜਿਹੇ ਸਮੇਂ ਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਕਹਿੰਦੇ ਨੇ ਸਾਨੂੰ ਅੱਗੇ ਦਾ ਫਿਕਰ ਹੈ ਉਹ ਭਾਗਾਂ ਵਾਲੇ ਨੇ, ਇਹਦਾ ਮਤਲਬ ਮਨ ਜਾਗਿਆ ਹੋਇਆ, ਮਨ ਨੂੰ ਪਤਾ ਹੈ ਮੈਂ ਪੱਕਾ ਨਹੀਂ ਰਹਿਣਾ, ਇੱਕ ਦਿਨ ਮੈਂ ਚਲੇ ਜਾਣਾ, ਧਿਆਨ ਦਿਓ। ਫਿਰ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਦੋ ਉਂਗਲਾਂ ਕੀਤੀਆਂ, ਕਹਿੰਦੇ ਦੋ ਬਚਨ ਦੇਣੇ ਆ, ਜਿਹੜਾ ਇਹਨਾਂ ਦੋਨਾਂ ਬਚਨਾਂ ਦੀ ਕਮਾਈ ਕਰ ਲਏਗਾ, ਅਸੀਂ ਜਾਣਾ ਜਿਹੜਾ ਦੋ ਬਚਨ ਮੰਨ ਲਏਗਾ, ਅਸੀਂ ਜਾਣਾ ਗੁਰੂ ਨਾਨਕ ਉਹਨੂੰ ਨਰਕਾਂ ਵਿੱਚ ਨਹੀਂ ਜਾਣ ਦੇਣਗੇ। ਆਖੋ ਸਾਰੇ ਆਖੋ ਜੀ, ਬੜੀ ਵੱਡੀ ਗੱਲ ਕਹੀ ਜੀ ਗੁਰੂ ਅਮਰਦਾਸ ਜੀ ਨੇ, ਕਹਿੰਦੇ ਅਸੀਂ ਜਾਮਣ ਜਿਹੜਾ ਇਹ ਦੋ ਬਚਨ ਕਮਾ ਲਏਗਾ, ਜਿਹੜਾ ਗੁਰੂ ਨਾਨਕ ਸਾਹਿਬ ਆਪ ਭਵ ਸਾਗਰ ਤੋਂ ਪਾਰ ਲਾਉਣਗੇ। ਆਖੋ ਵਾਹਿ ਸਾਰੇ ਆਖੋ ਜੀ, ਉਹ ਦੋ ਬਚਨ ਕਿਹੜੇ ਗਏ, ਆਪਾਂ ਜਿੰਨੇ ਬੈਠੇ ਅਸੀਂ ਇਹ ਦੋ ਬਚਨ ਸੁਣ ਕੇ ਤੇ ਝਾਤੀ ਮਾਰੇ, ਜੇ ਤੇ ਅਸੀਂ ਉਹ ਦੋ ਬਚਨ ਕਮਾਨੇ ਆ ਤੇ ਸਦਕੇ ਜਾਈਏ, ਉਹਦੇ ਚਰਨਾਂ ਤੇ ਨਮਸਕਾਰ ਹੈ ਜਿਹਦੇ ਕੋਲੇ ਦੋਨੋਂ ਬਚਨ ਨੇ,
ਤੇ ਜੇ ਉਹ ਦੋਨੋਂ ਵਚਨ ਸਾਡੇ ਜੀਵਨ 'ਚ ਨਹੀਂ ਤੇ ਆਪਾਂ ਜਿੱਥੇ ਬੈਠੇ ਹਾਂ ਭਾਵੇਂ ਭਾਈ ਤਰਸੇਮ ਕੁਮਾਰ ਜੀ ਦੇ ਵਿਛੋੜੇ 'ਚ ਇਕੱਠੇ ਹੋਏ ਹਾਂ ਪਰ ਆਪਣੇ ਮਨ ਨੂੰ ਅੱਜ ਇਹ ਦੋਨੋਂ ਵਚਨ ਲੈ ਜਾਣੇ ਜਿੰਨੇ ਸਵਾਸ ਸਾਡੇ ਬੀਤ ਗਏ ਵਾਹ ਭਲਾ ਜਿਹੜੇ ਬਾਕੀ ਨੇ ਉਹ ਇਹ ਦੋ ਵਚਨ ਕਮਾਈਏ ਆਖੋ ਆਏ ਸਾਰੇ ਆਖੋ ਜੀ ਉਹ ਦੋ ਵਚਨ ਕਿਹੜੇ ਸੀ ਦੋ ਦੋ ਮਿੰਟ ਸੁਣਿਓ ਸਰ ਗੁਰੂ ਅਮਰਦਾਸ ਜੀ ਕਹਿੰਦੇ ਪਹਿਲਾ ਵਚਨ ਇਹ ਹੈ ਕੋਈ ਵੀ ਪ੍ਰਾਣੀ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਗੁਰੂ ਨਾਨਕ ਦੇ ਦੇਖੇ ਲਾ ਦੇਵੇ ਆਖੋ ਸਾਰੇ ਆਖੋ ਜੀ ਖਿਆਲ ਕਰਿਓ ਇਹ ਬੜੀ ਵੱਡੀ ਗੱਲ ਕਹੀ ਅੱਜ ਕੱਲ੍ਹ ਅਸੀਂ ਜਿਹੜਾ ਟਾਈਮ ਹੈ ਘੰਟਿਆਂ ਦੇ ਹਿਸਾਬ ਨਾਲ ਤੇ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਸਿੱਖ ਚਾਰ ਘੜੀਆਂ ਅੰਮ੍ਰਿਤ ਵੇਲੇ ਦੀਆਂ ਗੁਰੂ ਨਾਨਕ ਨੂੰ ਦਿੰਦਾ ਉਹਨੂੰ ਫਿਰ ਗੁਰੂ ਨਾਨਕ ਨਰਕਾਂ 'ਚ ਨਹੀਂ ਜੇ ਜਾਣ ਦਿੰਦਾ ਆਖੋ ਸਾਰੇ ਆਖੋ ਜੀ ਚਾਰ ਘੜੀਆਂ ਦਾ ਮਤਲਬ ਹੋ ਗਿਆ ਇੱਕ ਘੜੀ ਚਵੀ ਮਿੰਟ ਕਰ ਲਓ ਭਾਵੇਂ ਵਾਹਿਗੁਰੂ ਦਾ ਸ਼ਬਦ ਜਪ ਲਓ ਭਾਵੇਂ ਪਹਿਲੀ ਪੌੜੀ ਜਪ ਲਓ ਭਾਵੇਂ ਸਹਿਜ ਪਾਠ ਕਰ ਲਓ ਭਾਵੇਂ ਮੂਲ ਮੰਤਰ ਕਰ ਲਓ ਭਾਵੇਂ ਗੁਰਦੁਆਰੇ ਕੋਈ ਹੱਥੀ ਸੇਵਾ ਕਰ ਲਓ ਭਾਵੇਂ ਲੰਗਰ ਦੀ ਸੇਵਾ ਭਾਵੇਂ ਸਹਿਜ ਪਾਠ ਮਹਾਂਪੁਰਖ ਤੇ ਇਹ ਵੀ ਆਖਦੇ ਸਨ ਭਾਵੇਂ ਰਾਮ ਰਾਮ ਦੀਆਂ ਵੀ ਮਾਲਾ ਕਰ ਰਹੇ ਹੈ ਆਖੋ ਸਾਰੇ ਆਖੋ ਜੀ ਕਿਸੇ ਬਹਾਨੇ ਕਹਿੰਦੇ ਇਹ ਤੂੰ ਚੈੱਕ ਕਰ 96 ਮਿੰਟ ਚਾਰ ਘੜੀਆਂ ਤਕਰੀਬਨ ਡੇਢ ਘੰਟਾ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਨੂੰ ਦੇਣਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਵਿਘਨ ਲਾਤੇ ਪ੍ਰਭ ਸਰਨਾ ਪ੍ਰਗਟੇ ਭਏ ਸੰਜੋਗਾ ਤੇ ਹੁਣ ਤੁਸੀਂ ਆਪੇ ਜਿਹਦੇ ਬੈਠੇ ਆ ਇੱਥੇ ਸਾਡੇ ਕੋਲ ਅੰਮ੍ਰਿਤ ਵੇਲਾ ਸਾਡੀ ਲਾਈਫ 'ਚ ਹੈ ਤੇ ਸ਼ੁਕਰ ਹੈ ਜੇ ਨਹੀਂ ਤੇ ਅੱਜ ਤੋਂ ਵੇਖ ਲਓ ਬੇਸ਼ੱਕ ਅੱਜ ਆ ਮੇਰੇ ਅੱਜ ਬੈਠੇ ਹਾਂ ਪਰ ਬੇਸ਼ੱਕ ਮਨ ਨੂੰ ਗਿਆਨ ਦਿਓ ਮਨਾ ਜਿਹੜਾ ਸਮਾਂ ਬੀਤ ਗਿਆ ਪਰ ਆਉਣ ਵਾਲਾ ਸਮਾਂ ਇਹ ਮੈਂ ਡੇਢ ਘੰਟਾ ਚਾਰ ਘੜੀਆਂ ਗੁਰੂ ਨਾਨਕ ਦੇ ਦੇਖੇ ਲਾਣੀਆਂ ਹੀ ਲਾਣੀਆਂ ਆਖੋ ਸਾਰੇ ਆਖੋ ਜੀ ਇਹ ਜਿੰਨੇ ਬੈਠੇ ਹਾਂ ਪਹਿਲਾ ਬਚਨ ਇਹ ਹੈ ਆਪਾਂ ਅੰਮ੍ਰਿਤ ਵੇਲਾ ਸੰਭਾਲੀਏ ਦੂਸਰਾ ਬਚਨ ਗੁਰੂ ਅਮਰਦਾਸ ਜੀ ਨੇ ਉਹਨਾਂ ਸਿੱਖਾਂ ਨੂੰ ਦਿੱਤਾ ਜਿਹਨਾਂ ਨੇ ਕਿਹਾ ਵੀ ਸਾਨੂੰ ਅੱਗੇ ਦਾ ਡਰ ਲੱਗਦਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਦੂਜਾ ਬਚਨ ਇਹ ਹੈ ਹਰ ਕੋਈ ਪਸ਼ੂ ਪੰਛੀ ਆਪਣਾ ਢਿੱਡੋਂ ਵੀ ਭਰ ਲੈਂਦੇ ਨੇ ਆਖੋ ਅਵਾਰਾ ਡੰਗਰ ਹੁੰਦੇ ਨੇ ਨਾ ਆਪਣਾ ਢਿੱਡ ਤੇ ਉਹ ਵੀ ਭਰ ਲੈਂਦੇ ਨੇ ਅਵਾਰਾ ਜਾਨਵਰ ਵੀ ਭਰ ਲੈਂਦੇ ਨੇ ਕਹਿੰਦੇ ਫਿਰ ਤੈਨੂੰ ਮਨੁੱਖਾਂ ਦੇ ਵੀ ਜੇ ਤੂੰ ਵੀ ਦੂਜਿਆਂ ਵਾਂਗੂ ਆਪਣੇ ਰੋਟੀ ਰੋਟੀ ਦਾ ਕੀ ਲੱਗਾ ਫਿਰ ਕੀ ਵੱਡਾ ਕੀਤਾ ਕਹਿੰਦੇ ਦੂਜਾ ਬਚਨ ਇਹ ਕਰ ਆਪਣੀ ਰੋਜੀ ਰੋਟੀ ਤੋਂ ਉੱਤੇ ਉੱਠ ਕੇ ਆਪਣੀ ਕਮਾਈ ਚੋਂ ਦਸਵੰਧ ਕੱਢ ਕੇ ਕਿਸੇ ਦੂਜੇ ਦਾ ਢਿੱਡ ਭਰਨ ਵਾਲਾ ਕੱਪੜਾ ਲੈ ਦਿੰਦਾ ਕਿਸੇ ਵਿਧਵਾ ਦੇ ਘਰ ਰਾਸ਼ਨ ਪਾ ਦਿੰਦਾ ਕਿਸੇ ਗਰੀਬ ਮਰੀਜ਼ ਦਾ ਇਲਾਜ ਕਰਾ ਦਿੰਦਾ ਕਿਸੇ ਬੱਚੇ ਦੀ ਪੜ੍ਹਾਈ ਦਾ ਸਾਧਨ ਬਣ ਜਾਂਦਾ ਕਹਿੰਦੇ ਫਿਰ ਵੇਖ ਇਹ ਦਇਆ ਵਾਲੀ ਪੌੜੀ ਤੁਹਾਨੂੰ ਚੜਾਇਆ ਰੱਬ ਨੇ ਆਖੋ ਦੂਜਾ ਬਚਨ ਇਹ ਗੁਰੂ ਅਮਰਦਾਸ ਜੀ ਕਹਿੰਦੇ ਸਿੱਖ
ਆਪਣੀ ਰੋਟੀ ਰੋਟੀ ਵਾਸਤੇ ਨਾ ਲੱਗੇ, ਆਪਣੀ ਰੋਟੀ ਰੋਟੀ ਨੂੰ ਉੱਤੇ ਉੱਠ ਕੇ ਦਸਵੰਧ ਕੱਢਿਆ। ਫਿਰ ਬੇੜਾ ਗੁਰੂ ਨਾਨਕ ਸਾਹਿਬ ਆਪ ਭਾਵ ਸਾਗਰ ਤੋਂ ਪਾਰ ਕਰਨਗੇ, ਮਹਾਰਾਜ ਜੀ ਮਿਹਰ ਕਰਨ। ਇਹ ਇੱਥੇ ਆਪਾਂ ਸਾਰੇ ਮਾਨ ਯੋਗ ਸ਼ੇਵ ਕੁਮਾਰ ਜੀ ਦੇ ਵਿਛੋੜੇ 'ਚ ਇਕੱਠੇ ਹੋਏ ਹਾਂ, ਬਹੁਤ ਪਤਵੰਤੇ ਸੱਜਣ ਆਏ ਨੇ। ਆਓ ਹੁਣ ਸਮੇਂ ਦੀ ਸਮਾਪਤੀ ਏ, ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ। ਕੋਈ ਰਸਨਾ ਖਾਲੀ ਨਾ ਰਵੇ ਜੀ, ਕਰੋ ਕਿਰਪਾ ਜੀ। ਆ ਜਿਹੜੇ ਦੋਨੋਂ ਬਚਨ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਦਿੱਤੇ, ਆਪਾਂ ਇਹ ਦੋਨੋਂ ਬਚਨਾਂ ਦੀ ਕਮਾਈ ਕਰੀਏ, ਕਰੋ ਕਿਰਪਾ ਜੀ। ਮਨ ਨਾਮ ਭਲਾਈ ਕੇਂਦਰ ਵਿਖੇ ਤਕਰੀਬਨ 2400 ਵਿਧਵਾ ਬੀਬੀਆਂ ਦੇ ਪਰਿਵਾਰਾਂ ਨੂੰ
ਇਹ ਮਾਇਆ ਤੁਹਾਡੀ ਰਾਸ਼ਨ ਬਣ ਕੇ ਉਹਨਾਂ ਦੇ ਘਰ ਸਤਿਗੁਰੂ ਦੀ ਸੇਵਾ ਲੈਂਦੇ ਨੇ। ਇੱਕ ਵਾਰੀ ਵਿਆਹ ਤਾਂ ਅਸੀਂ ਦੁਬਾਰਾ ਸਾਡਾ ਮੁੰਡਾ ਮਰ ਗਿਆ ਅਸੀਂ ਨਹੀਂ ਰੱਖਣਾ, ਉਹ ਕੱਢ ਦਿੰਦੇ ਨੇ ਪੇਕੇ ਵਾਲੇ ਸਾਹਮਣੇ ਨਹੀਂ ਹੈਗੇ। ਪੇਕੇ ਵਾਲੇ ਕਹਿੰਦੇ ਵੀ ਅਸੀਂ ਇੱਕ ਵਾਰੀ ਵਿਆਹ ਤਾਂ ਅਸੀਂ ਦੁਬਾਰਾ ਕਿਉਂ ਪਾਲੀਏ, ਬੱਚੇ ਛੋਟੇ ਹੁੰਦੇ ਨੇ, ਇਨਕਮ ਸੋਰਸ ਕੋਈ ਵੀ ਨਹੀਂ ਹੁੰਦਾ। ਐਸੀਆਂ ਵਿਧਵਾ ਬੀਬੀਆਂ ਦੇ ਬਕਾਇਦਾ ਇਨਕੁਆਇਰੀ ਕਰਕੇ ਰਾਸ਼ਨ ਕਾਰਡ ਬਣਾ ਕੇ ਉਹਨਾਂ ਨੂੰ ਸੰਸਥਾ ਵੱਲੋਂ ਹਰ ਮਹੀਨੇ ਕਿਸੇ ਨੂੰ 1000 ਰੁਪਇਆ ਮਹੀਨਾ ਰਾਸ਼ਨ, ਕਿਸੇ ਨੂੰ 1500 ਰੁਪਇਆ ਮਹੀਨਾ, ਕਿਸੇ ਨੂੰ 800 ਰੁਪਇਆ ਮਹੀਨਾ, ਜਿੰਨੀ ਜਿੰਨੀ ਉਹਨਾਂ ਦੇ ਬੱਚਿਆਂ ਅਨੁਸਾਰ ਉਹਨਾਂ ਨੂੰ ਲੋੜ ਹੋਵੇ। ਅੰਮ੍ਰਿਤਸਰ 2400 ਪਰਿਵਾਰ ਰਾਸ਼ਨ ਲੈ ਰਹੇ ਨੇ। ਇਹਦੀਆਂ ਬ੍ਰਾਂਚਾਂ ਜੰਡਿਆਲਾ, ਗੁਰੂ, ਜਲੰਧਰ, ਲੁਧਿਆਣੇ, ਦਿੱਲੀ, ਬਰੇਲੀ, ਮੇਰਠ, ਅਹਿਮਦਾਬਾਦ, ਸੂਰਤ, ਨਾਸਿਕ, ਲਖਨਊ, ਤਕਰੀਬਨ 19 ਸ਼ਹਿਰਾਂ ਦੇ ਵਿੱਚ ਹੁੰਦੀਆਂ, ਕਿਉਂਕਿ ਤੁਹਾਡੀ ਮਾਇਆ ਉਹਨਾਂ ਦੇ ਚੁੱਲ੍ਹੇ ਬਣ ਰਹੇ ਨੇ। ਆਓ ਸਾਰੇ ਕਿਰਪਾ ਕਰੋ, ਹੁਣ ਅਨੰਦ ਸਾਹਿਬ ਜੀ ਦਾ ਪਾਠ ਆਪਦੀ ਤੇ ਛੱਡ ਕੇ ਜਾਣੇ ਅਤੇ ਪਰਿਵਾਰ ਵੱਲੋਂ ਜੋ ਸੁਣਿਆ ਆਇਆ ਵੀ ਕੋਈ ਵੀ ਲੈਣ ਦੇਣ ਦੀ ਖੇਚਲ ਨਾ ਕਰੇ, ਇਹ ਪਰਿਵਾਰ ਵੱਲੋਂ ਸੁਣਿਆ ਜੀ। ਆਓ ਸਾਰੇ ਅਨੰਦ ਰਾਮ ਕਲੀ ਮਨ ਲਾਤੀ ਜਾਣਾ ਦੇ ਕਿਉਂ ਨਾਲ ਸਤਿਗੁਰ ਪ੍ਰਸਾਦ ਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸੰਗਤ ਦੀ ਅਰਦਾਸ ਬੇਨਤੀ ਆਪ ਜੀ ਦੇ ਪਰਿਵਾਰ
ਆਪੀ ਦਾ ਪਾਵ ਪਵਿੱਤਰ ਫਰਮਾਨ ਹੈ, ਲਾਗੇ ਆਵੜਾ ਲਾਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਜਿਸ ਕੀ ਵਾਸਤਾ ਸੂਈ ਲੈ ਜਾਏਗਾ, ਰੋਸ ਕਿਸੈ ਸਿਉਂ ਕੀਜੈ, ਜੇ ਆ ਕੀਜ ਕੇ ਆ ਤੇ ਆ ਹੁਕਮ ਕਮਾਏ, ਕੱਲੈ ਆਵੈ ਨਰਕਾਰ, ਸਦੇ ਉੱਠੀ ਜਾਏ ਗੁਰੂ ਵਾਕ ਅਨੁਸਾਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਾਹਿਦ, ਆਪ ਜੀ ਦੀ ਪਾਵਨ ਪਵਿੱਤਰ ਨਗਰੀ ਦੇ ਨਿਵਾਸੇ, ਆਪ ਜੀ ਦੇ ਦਰਬਾਰ ਦੇ ਕਿਰਦਾਰੂ ਪ੍ਰੀਤਵਾਨ ਟਾਲੀਏ, ਸ੍ਰੀ ਤਰਸੇਮ ਕੁਮਾਰ ਢੂੰਗਰਾ ਜੀ, ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਖਰਚ ਕੇ ਪਿਛਲੇ ਦਿਨ ਸਮੂਹ ਪਰਿਵਾਰ ਉਸ ਦੀ ਵਿਛੋੜਾ ਦਿੰਦੇ ਹੋਏ ਆਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਭਲੇ ਵਾਸਤੇ ਸਮੂਹ ਪਰਿਵਾਰ ਨੇ ਰਲ ਮਿਲ ਕੇ ਆਪਣੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ। ਉਪਰੰਤ ਸ਼ਹੀਦ ਊਧਮ ਸਿੰਘ ਜਾਗਰੀ ਰਲ ਵਿਖੇ ਆਪ ਜੀ ਪਵਿੱਤਰ ਹਜ਼ੂਰੀ ਅੰਦਰ ਵਿਛੜੀ ਜੀਵਾਤਮਾ ਦੇ ਮਿਹਨਤਾਂ ਸ਼ਬਦ ਕੀਰਤਨ ਦੇ ਅਥਾਹ ਪ੍ਰਵਾਹ ਚੱਲਦੇ ਨੇ, ਕਥਾ ਵਿਚਾਰ ਹੋਈ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਕਿਰਪਾ ਬਖਸ਼ ਕਰਨੀ, ਬੜੀ ਸੋਹਣੀ ਗੁਰਬਾਣੀ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਕਥਾ ਕੀਰਤਨ ਦਾ ਮਹਾਤਮ ਵਿਛੜੀ ਜੀਵਾਤਮਾ ਸ੍ਰੀ ਤਰਸੇਮ ਕੁਮਾਰ ਢੂੰਗਰਾ ਜੀ ਨੂੰ ਬਖਸ਼ਣਾ, ਸਦੀ ਵਿਕਾਲ ਵਾਸਤੇ ਆਪ ਜੀ ਦੇ ਕਿਰਨਾਂ ਦਾ ਵਾਸਤਾ ਬਖਸ਼ਣਾ, ਪਿਤਾ ਜੀ ਕਿਰਪਾ ਕਰਨੀ ਜੀਵ ਵੱਲੋਂ ਸੰਸਾਰ ਦੇ ਵਿਚਰਦੇ ਆ ਜਾਣੇ ਅਣਜਾਣੇ ਵਿੱਚੋਂ ਗੱਪਾਂ ਨੂੰ ਚਿਤਾਰਦੇ ਹੋਏ ਕਹਿਤ ਕਬੀਰ ਸੁਣੋ ਰੇ ਸੰਤ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕਹੋ, ਬੋਲਣਾ ਭੌਜਲ ਫੇਰਾ ਵਾਲੀ ਕਿਰਪਾ ਕਰਕੇ ਆਪ ਜੀ ਵੀ ਕੇਵਲ ਤਾ ਭੇਤਾ ਬਖਸ਼ਣੀਆ ਵਾ ਗਾਉਣ ਦਾ ਚੱਕਰ ਕੱਟਣਾ, ਆਪ ਜੀ ਦੇ ਕਰਨਾ ਨਾਲ ਹੋਣਾ ਪਿੱਛੇ ਸਮੂਹ ਪਰਿਵਾਰ ਨੂੰ ਪਹਾੜਾ ਮੰਨਣਾ ਵਿਛੋੜਾ ਸਹਿਣ ਦਾ ਬਲ ਬਖਸ਼ਣਾ, ਸਮੂਹ ਪਰਿਵਾਰ ਦੇ ਸਿਰ ਤੇ ਵੀਰ ਭਰਿਆ ਹੱਥ ਰੱਖਣਾ, ਪਰਿਵਾਰ ਅੰਦਰ ਸੁੱਖ ਸ਼ਾਂਤੀ ਜੀਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੇ, ਆਵਾਜ਼ ਦੇ ਪਰਿਵਾਰ ਕਰਨੀਆਂ ਸੇਵ ਪਰਿਵਾਰ ਨੇ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਹਾਜ਼ਰ ਕੀਤਾ ਹੈ, ਆਪ ਜੀ ਦੇ ਅੰਗੀਕਾਰ ਕਰਨਾ ਸੇਵਕਾਂ ਦੇ ਲੋਕ ਪ੍ਰਤੀਕ ਜੀ ਰੱਖਣੇ, ਲਾਜਪਤ ਢੱਕਣੀ ਪਰਿਵਾਰ ਨੂੰ ਬਖਸ਼ੀਆਂ ਦਾਤਾਂ ਵਿੱਚੋਂ ਪੰਜਾਬ ਬੜਾ ਪਿਸ਼ਾਦੀ ਦੇ ਹਾਜ਼ਰ ਹੈ, ਦਾਰ ਪਰਿਵਾਰ ਹੋਵੇ ਪਰਿਵਾਰ ਹੋਇਆ ਪਿਸ਼ਾਦ, ਸਮੂਹ ਸੰਗਤ ਵਿੱਚ ਵਧਾਉਣ ਦੀ ਆਗਿਆ ਬਖਸ਼ੋ, ਸੇਵਾ ਕਰਦੇ ਆ ਹਾਜ਼ਰੀ ਭਰਦੇ ਆ ਸ਼ਬਦ ਗਾਇਨ ਕਰਦੇ ਆ ਹੋਈਆਂ ਬੇਰਤ ਭੁਲਾਂ ਦੀ ਮੁਆਫੀ ਬਖਸ਼ੋਣੇ, ਆਗਾਜ਼ ਤੋਂ ਸਵਾਦ ਬਖਸ਼ੋਣੇ, ਸੱਚੇ ਪਿਤਾ ਵਾਹਿਗੁਰੂ ਕਿਰਪਾ ਕਰੋ, ਪਵਿੱਤਰ ਜਾਣੇ ਵਿੱਚੋਂ ਹੁਕਮ ਦੀ ਰਾਤ ਬਖਸ਼ੋ, ਸੰਗਤਾਂ ਨੂੰ ਕਿਰਤਾਰਤ ਕਰੋ ਸਹੀ ਪਿਆਰੇ ਪੇੜ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ। ਦੋਹਰਾ ਆ ਗਿਆ ਪਹੀਆ ਵਾਰ ਵਾਰ
Bye.
Thank you.